ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆਈ ਆਂ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਅਪਡੇਟ ਜਿਹੜੀ ਕਿ ਪੰਜਾਬ ਪੁਲਿਸ ਦਾ ਪੇਪਰ ਦੇਣ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਦੇਖੋ ਜੀ ਜਿਨ੍ਹਾਂ ਦਾ 25 ਅਤੇ 26 ਨੂੰ ਸਤੰਬਰ ਨੂੰ ਪੇਪਰ ਆ ਉਹਨਾਂ ਨੇ ਇੱਕ ਪਾਸਵਰਡ ਸਾਈਜ਼ ਫੋਟੋ ਰੰਗीन ਲੈ ਕੇ ਜਾਣੀ ਆ ਜਿਹੜੀ ਕਿ ਉਹਨਾਂ ਨੇ ਫਾਰਮ ਪਰੰਦੇ ਟਾਈਮ ਨਾਲ ਸਕੈਨ ਕਰਵਾਈ ਸੀ ਜਿਹੜੀ ਉਸ ਸਮੇਂ ਅਪਲੋਡ ਕੀਤੀ ਸੀ ਉਹੀ ਫੋਟੋ ਲੈ ਕੇ ਜਾਣੀ ਹੈ ਠੀਕ ਹੈ ਜੀ ਫੋਟੋ ਤੋਂ ਵਿਣਾ ਉਮੀਦਵਾਰ ਨੂੰ ਪ੍ਰੀਖਿਆ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਪ੍ਰੀਖਿਆ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ ਅਗਰ ਫੋਟੋ ਨਾ ਹੋਈ ਤੁਹਾਡੇ ਕੋਲੇ ਉਮੀਦਵਾਰ ਨੂੰ ਦੱਸੇ ਗਏ ਰਿਪੋਰਟਿੰਗ ਸਮੇਂ ਤੇ ਰਿਪੋਰਟ ਕਰਨਾ ਹੋਵੇਗਾ ਹਾਂਜੀ ਜਿਹੜਾ ਰਿਪੋਰਟਿੰਗ ਟਾਈਮ ਤੁਹਾਡੇ ਐਡਮਿਟ ਕਾਰਡ ਤੇ ਲਿਖਿਆ ਵਾ ਤੁਹਾਨੂੰ ਉਸੇ ਟਾਈਮ ਤੇ ਪਹੁੰਚਣਾ ਹੋਵੇਗਾ ਗੇਟ ਬੰਦ ਹੋਣ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਉਮੀਦਵਾਰ ਨੂੰ ਅਗਜ਼ਾਮਿਨੇਸ਼ਨ ਹਾਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਠੀਕ ਹੈ ਜੀ ਐਡਮਿਨ ਕਾਰਡ ਦੇ ਨਾਲ ਕਿਸੇ ਵੀ ਫੋਟੋ ਪਛਾਣ ਸਬੂਤ ਜਿਵੇਂ ਤੁਹਾਡਾ ਆਧਾਰ ਕਾਰਡ ਹੋ ਗਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਵੋਟਰ ਕਾਰਡ ਹੋ ਗਿਆ ਇਹ ਕਾਪੀ ਲੈ ਕੇ ਆਉਣੀ ਆ ਹਾਂਜੀ ਨਾਲੇ ਤਾਂ ਤੁਸੀਂ origignal ਲੈ ਕੇ ਜਾਣਾ ਵਾ ਆਧਾਰ ਕਾਰਡ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਇਹਨਾਂ ਤੋਂ ਇੱਕ ਲੈ ਕੇ ਜਾਣਾ ਵਾ ਜਿਹੜਾ ਫੋਟੋ ਵਾਲਾ ਪ੍ਰੂਫ ਆ ਠੀਕ ਹੈ ਇਹਨਾਂ ਚੋਂ ਇੱਕ ਲੈ ਕੇ ਜਾਣਾ ਵਾ ਤੇ ਉਹਦੀ ਹੀ ਨਾਲ ਕਾਪੀ ਲੈ ਕੇ ਜਾਣੀ ਆ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਪ੍ਰੂਫ ਉਹਦੀ ਹੀ ਕਾਪੀ ਲੈ ਕੇ ਜਾਣੀ ਆ ਜੀ ਅਸਲ ਫੋਟੋ ਪਛਾਣ ਸਬੂਤ ਤੋਂ ਬਿਨਾ ਉਮੀਦਵਾਰ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਉਮੀਦਵਾਰ ਦੀ ਪਛਾਣ ਤੇ ਕੋਈ ਡਾਊਟ ਹੋਵੇ ਤਾਂ ਉਮੀਦਵਾਰ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ ਠੀਕ ਹੈ ਜੀ ਦਾਖਲਾ ਕਾਰਡ ਯਾਨੀ ਕਿ ਐਡਮਿਟ ਕਾਰਡ ਤੋਂ ਬਿਨਾ ਉਮੀਦਵਾਰ ਨੂੰ ਕਿਸੇ ਵੀ ਹਾਲਤ ਵਿੱਚ ਪ੍ਰੀਖਿਆ ਦੇ ਵਿੱਚ ਬੈਠਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਉਮੀਦਵਾਰ ਨੂੰ ਨਿਗਰਾਨ ਦੀ ਹਾਜ਼ਰੀ ਵਿੱਚ ਹੀ ਦਾਖਲਾ ਕਾਰਡ ਤੇ ਕਿ ਦਿੱਤੀ ਗਈ ਘੋਸ਼ਣਾ ਨੂੰ ਆਪਣੇ ਹਸਤਾਖਰ ਕਰਨੇ ਹੋਣਗੇ ਹਾਂਜੀ ਇੱਕ ਗੱਲ ਦਾ ਧਿਆਨ ਰੱਖਣਾ ਕਈ ਸਟੂਡੈਂਟ ਕੀ ਕਰਦੇ ਆ ਕਿ ਆਪਣੇ ਸਾਈਨ ਪਹਿਲਾਂ ਹੀ ਕਰਕੇ ਲੈ ਜਾਂਦੇ ਆ ਤਾਂ ਇਸ ਤਰ੍ਹਾਂ ਨਹੀਂ ਕਰਨਾਗਾ ਉਮੀਦਵਾਰ ਨੇ ਜਿਹੜਾ ਇਨਵੈਸਟੀਗੇਸ਼ਨ ਹੋਊਗਾ ਜਾਨੀ ਕਿ ਜਿਹਦੀ ਵੀ ਪੇਪਰ 'ਚ ਤੁਹਾਡੇ ਡਿਊਟੀ ਹੋਊਗੀ ਉਹਦੇ ਨਿਗਾਰੇ ਵਿੱਚ ਉਹਦੇ ਅੱਖਾਂ ਦੇ ਸਾਹਮਣੇ ਹੀ ਸਾਈਨ ਕਰਨੇ ਆ ਉਸ ਕਾਰਡ ਤੇ ਠੀਕ ਹੈ ਜੀ ਐਡਮਿਟ ਕਾਰਡ ਤੇ ਅੰਡਰਟੇਕਿੰਗ ਵੀ ਉੱਥੇ ਹੀ ਭਰਨਾ ਤੁਸੀਂ ਫਿਲ ਕਰਨਾ ਦੇਖੋ ਨਿਜੀ ਪੈਨ ਦੀ ਇਜਾਜ਼ਤ ਨਹੀਂ ਹੋਵੇਗੀ ਕਿਸੇ ਨੇ ਵੀ ਆਪਣਾ ਆਪ ਦਾ ਪੈਨ ਨਹੀਂ ਲੈ ਕੇ ਜਾਣਾ ਪ੍ਰੀਖਿਆ ਦੇ ਵਿੱਚ ਹੀ ਤੁਹਾਨੂੰ ਪੈਨ ਦਿੱਤਾ ਜਾਵੇਗਾ ਠੀਕ ਹੈ ਕੋਈ ਵੀ ਪੈਨ ਪੈਨਸਲ ਸਕੈਚ ਤੁਸੀਂ ਨਹੀਂ ਲੈ ਕੇ ਜਾਣਾ ਪ੍ਰੀਖਿਆ ਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੈ ਹਾਂਜੀ ਕਿਸੇ ਵੀ ਗਲਤ ਕੁਐਸਚਨ ਦਾ ਕੋਈ ਵੀ ਨੰਬਰ ਨਹੀਂ ਕੱਟਿਆ ਜਾਊਗਾ ਠੀਕ ਹੈ ਜਿੰਨਾ ਤੁਹਾਨੂੰ ਪੇਪਰ ਆਉਂਦਾ ਵਾ ਸਭ ਤੋਂ ਪਹਿਲਾਂ ਤੁਸੀਂ ਉਹ ਅਟੈਂਪਟ ਕਰ ਲੈਣਾ ਵਾ ਉਸ ਤੋਂ ਬਾਅਦ ਜਿਹੜਾ ਪੇਪਰ ਤੁਹਾਡਾ ਰਹਿ ਗਿਆ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਨਹੀਂ ਆਉਂਦਾ ਉਹਦੇ ਵਿੱਚ ਜੇ ਤੁਹਾਨੂੰ ਮਾੜਾ-ਮੋਟਾ ਹੈ ਕਿ ਹਾਂ ਇਹਦਾ ਆਂਸਰ ਇਹ ਆ ਥੋੜਾ ਵੋਤਾ ਵੀ ਹੈ ਕਈ ਵਾਰੀ ਮਾਈਂਡ ਹੁੰਦਾ ਨਾ ਡਬਲ ਮਾਈਂਡ ਹੁੰਦਾ ਵਾ ਤਾਂ ਉਹ ਤੁਸੀਂ ਲਗਾਉਣੇ ਆ ਕਿਉਂਕਿ 네ਗੇਟਿਵ ਮਾਰਕਿੰਗ ਨਹੀਂਗੀ ਠੀਕ ਹੈ ਹਾਂਜੀ ਉਤਰਾਂ ਦੇ ਵਿੱਚ ਬਦਲਾਵ ਕਰਨ ਲਈ ਕੋਈ ਵੀ ਵਾਈਟਨਰ ਨਹੀਂ ਵਰਤਿਆ ਜਾਊਗਾ ਠੀਕ ਹੈ ਵਾਈਟਨਰ ਰੇਜ਼ਰ ਇਹ ਨਹੀਂ ਵਰਤਿਆ ਜਾਊਗਾ ਜੇਕਰ ਤੁਸੀਂ ਇਹ ਵਰਤਦੇ ਹੋ ਤਾਂ ਤੁਹਾਡੀ ਜਿਹੜੀ ਸੀਟ ਆ OMR ਉਹ ਰੱਦ ਕਰ ਦਿੱਤੀ ਜਾਵੇਗੀ ਹਾਂਜੀ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਮੀਦਵਾਰ ਨੂੰ ਵਿਆਪਕ ਤੱਤੇ ਲਾਜ਼ਮੀ ਤਲਾਸ਼ੀ ਦੇਣੀ ਜ਼ਰੂਰੀ ਹੋਵੇਗੀ ਹਾਂਜੀ ਹਰੇਕ ਉਮੀਦਵਾਰ ਦੀ ਤਲਾਸ਼ੀ ਲਈ ਜਾਵੇਗੀ ਪ੍ਰੀਖਿਆ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਸੇ ਵੀ ਹਾਲਤ ਦੇ ਵਿੱਚ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਹੇਠ ਲਿਖੀਆਂ ਚੀਜ਼ਾਂ ਲੈ ਕੇ ਜਾਣ ਦੀ ਆਗਿਆ ਨਹੀਂ ਹੈ ਕੋਈ ਵੀ ਪਾਠ ਸਮੱਗਰੀ ਜਿਵੇਂ ਕਾਗਜ਼ ਦੇ ਟੁਕੜੇ ਵੀ ਨਹੀਂ ਲੈ ਕੇ ਜਾਣੇ ਤੁਸੀਂ ਪੈਨਸਿਲ ਬਾਕਸ ਜਿਓਮੈਟਰੀ ਬਾਕਸ ਜੋ ਵੀ ਤੁਸੀਂ ਲੈ ਕੇ ਜਾਣੇ ਹੁੰਨੇ ਹੋ ਮਤਲਬ ਕਿ ਰੇਜ਼ਰ ਜਾਂ ਕੋਈ ਫਲੂਇਡ ਵਗੈਰਾ ਕੁਝ ਵੀ ਨਹੀਂ ਲੈ ਕੇ ਜਾਣਾ ਅੰਦਰ ਕਿਸੇ ਵੀ ਚੀਜ਼ ਦੀ ਕਿਸੇ ਵੀ ਚੀਜ਼ ਦੀ ਤੁਹਾਨੂੰ ਪਰミਸ਼ਨ ਨਹੀਂ ਦਿੱਤੀ ਹੋएगी ਅੰਦਰ ਲੈ ਜਾਣ ਦੀ ਸਿਰਫ ਤੁਸੀਂ ਆਪਣੇ ਕੱਪੜਿਆਂ ਦੇ ਵਿੱਚ ਐਕੈਡਮਿਕਡ ਕਾਰਡ ਤੇ ਇੱਕ ਆਈਡੀ ਪ੍ਰੂਫ ਤੇ ਇੱਕ ਆਈਡੀ ਪ੍ਰੂਫ ਦੀ ਫੋਟੋ ਕਾਪੀ ਤੇ ਇੱਕ ਤੁਹਾਡੀ Ориਜਨਲ ਫੋਟੋ ਠੀਕ ਹੈ ਇਹ ਸਿਰਫ ਇਹੀ ਲੈ ਕੇ ਜਾਣੇ ਆ ਹੋਰ ਇਸ ਤੋਂ ਬਿਨਾ ਕੋਈ ਚੀਜ਼ ਨਹੀਂ ਇਵਨ ਕਿ ਪਾਣੀ ਦੀ ਬੋਤਲ ਵੀ ਨਹੀਂ ਹਾਂਜੀ ਅੱਗੇ ਦੇਖਦੇ ਹਾਂ ਅਸੀਂ ਕੋਈ ਵੀ ਸੰਚਾਰ ਉਪਕਰਨ ਜਿਵੇਂ ਮੋਬਾਈਲ ਫੋਨ, ਕੈਮਰਾ, ਬਲੂਟੁੱਥ ਅਤੇ ਫੋਨ ਨੂੰ ਮਾਈਕ੍ਰੋਫੋਨ, ਪੇજર, ਹੈਲਥ ਵੈਂਡ ਆਦ ਇਹ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਨਹੀਂ ਲਿਜਾ ਸਕਦੇ। ਹੋਰ ਚੀਜ਼ਾਂ ਜਿਵੇਂ ਚਸ਼ਮਾ ਹੋ ਗਿਆ ਜਾਂ ਹਾਂਜੀ ਚਸ਼ਮਾ ਤਾਂ ਹੋ ਗਿਆ ਪਰ ਉਹਦੀ ਜਿਹੜੀ ਹੈਂਡ ਬੈਗ ਹੁੰਦਾ ਵਾ ਉਹਦੀ ਡੱਬੀ ਹੁੰਦੀ ਆ ਉਹ ਵੀ ਤੁਸੀਂ ਅੰਦਰ ਨਹੀਂ ਲਿਜਾ ਸਕਦੇ ਠੀਕ ਹੈ। ਖੁੱਲੀ ਜਾਂ ਪੈਕ ਕੋ ਕੀਤੀ ਹੋਈ ਕੋਈ ਵੀ ਖਾਣ ਵਾਲੀ ਵਸਤੂ, ਸੌਫਟ ਡਰਿੰਕਿੰਗ ਪਾਣੀ ਬੋਤਲ ਕਿਸੇ ਵੀ ਕਿਸਮ ਦੀ ਕੋਈ ਵੀ ਧਾਤੂ ਅੰਦਰ ਲਿਜਾਣ ਦੀ ਮਨਾਹੀ ਕੀਤੀ ਗਈ ਆ ਸਖਤ ਠੀਕ ਹੈ। ਉਮੀਦਵਾਰ ਵੱਲੋਂ ਪਾਏ ਗਏ ਕੱਪੜਿਆਂ ਦੇ ਉੱਤੇ ਵੱਡੇ ਬਟਨ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਮੋٹے ਤਲੇ ਵਾਲੇ ਜੁੱਤੇ ਨਹੀਂ ਹੋਣੇ ਚਾਹੀਦੇ ਇਹਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਆਪਣਾ ਹਿਸਾਬ ਨਾਲ ਬਣ ਕੇ ਜਾਣਾ ਤੇ ਲੜਕੀਆਂ ਨੂੰ ਇੱਕ ਜ਼ਰੂਰ ਲੜਕੀਆਂ ਲਈ ਜ਼ਰੂਰੀ ਸੋਚਣਾ ਕਿ ਲੜਕੀਆਂ ਸਿਰ ਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸੂਈ ਵਗੈਰਾ ਜਾਂ ਕੋਈ ਕਲਚਰ ਵਗੈਰਾ ਨਾ ਲਾ ਕੇ ਜਾਣ ਕਿਉਂਕਿ ਉੱਥੇ ਫਿਰ ਉਹ ਵਾਲ ਖਲਾ ਦਿੰਦੇ ਆ ਠੀਕ ਹੈ ਜੀ ਇੱਕ ਸਿੰਪਲ ਰਬੜ ਹੀ ਪਾ ਕੇ ਜਾਣੀ ਆ ਤੁਸੀਂ ਵਾਲਾਂ ਦੇ ਵਿੱਚ ਉਹ ਵੀ ਸਿੰਪਲ ਹੋਵੇ ਕੋਈ ਸਟੋਨ ਵਾਲੀ ਨਾ ਹੋਵੇ ਇਨੋਜ ਪਿੰਨ ਵੀ ਉਹਨਾਂ ਨੇ ਉਤਰਾ ਦੇਣਾ ਵਾ ਜਿਨ੍ਹਾਂ ਦੇ ਵਾਲੀਆਂ ਪਾਈਆਂ ਹੋਈਆਂ ਉਹਨਾਂ ਨੇ ਉਹ ਵੀ ਲਵਾ ਦੇਣੀਆਂ ਸਬ ਇਨਸਪੈਕਟਰ ਦੇ ਪੇਪਰ 'ਚ ਵੀ ਤੁਸੀਂ ਦੇਖਿਆ ਹੀ ਹੋਣਾ ਜਿਨ੍ਹਾਂ ਨੇ ਦਿੱਤਾ ਵਾ ਤੁਹਾਡੇ ਵਿੱਚੋਂ ਬਹੁਤ ਜਾਣਿਆ ਨੇ ਦਿੱਤਾ ਹੋਣਾ ਸਬ ਇਨਸਪੈਕਟਰ ਦਾ ਪੇਪਰ ਉਹਦੇ 'ਚ ਵੀ ਲਵਾ ਦਿੱਤੇ ਸੀ ਠੀਕ ਹੈ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਆਪਣਾ ਘਰੇ ਹੀ ਲਾ ਕੇ ਜਾਣਾ ਜੋ ਵੀ 골ਡ ਵਗੈਰਾ ਵੀ ਚਾਹੇ ਪਾਇਆ ਤੁਹਾਡੇ ਉਹ ਵੀ ਉਹਨਾਂ ਨੇ ਲਵਾ ਦੇਣਾ ਵਾ ਹਾਂਜੀ ਲਾਸਟ ਦੇਖ ਲੈਨੇ ਆਪਾਂ ਉਮੀਦਵਾਰਾਂ ਦੇ ਸਮਾਨ ਵਸਤੂ ਰੱਖਣ ਲਈ ਕੇਂਦਰ ਤੇ ਹਾਂਜੀ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂਗਾ ਤੁਹਾਡਾ ਸਮਾਨ ਦਾ ਜਮ੍ਹਾਂ ਕਰਾਉਣ ਦਾ ਉਮੀਦਵਾਰ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਪਰੋਕਤ ਦਰਜ ਸਮਾਨ ਉਹ ਨਾਂ ਲੈ ਕੇ ਆਉਣ ਠੀਕ ਹੈ ਜੀ ਹਾਂਜੀ ਧੰਨਵਾਦ ਜੀ